ਤਾਂ ਭਗਤ ਸਿੰਘ ਜੀ ਦੀ ਬੇਬੇ ਪਤਾ ਕੀ ਕਹਿੰਦੀ ਹੈ? ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਬੇਬੇ ਪਤਾ ਕੀ ਕਹਿੰਦੀ ਹੈ? ਆਪਣੇ ਅੰਜੂ ਪਹੁੰਚਦੇ ਹੋਏ ਬੇਬੇ ਕਹਿੰਦੀ ਹੈ ਕਿ ਪੁੱਤ ਮੇਰਾ ਬੱਬਰ ਸ਼ੇਰ ਬੱਬਰ ਸਿੰਘ ਭਗਤ ਸਿੰਘ ਉਹ ਮੇਰੀ ਨੂੰਹ ਨੂੰ ਵਿਆਹ ਕੇ ਲਿਆਵੇਗਾ। ਪੁੱਤ ਮੇਰਾ ਬੱਬਰ ਸ਼ੇਰ ਬੱਬਰ ਸਿੰਘ ਭਗਤ ਸਿੰਘ ਮੇਰੀ ਨੂੰਹ ਨੂੰ ਵਿਆਹ ਕੇ ਲਿਆਵੇਗਾ। ਮੈਂ ਸ਼ਗਨਾਂ ਦੇ ਲੱਡੂ ਵੰਡੂ ਜਦੋਂ ਫਾਂਸੀ ਗਲ ਨੂੰ ਪਾਵੇਗਾ। ਮੈਂ ਸ਼ਗਨਾਂ ਦੇ ਲੱਡੂ ਵੰਡੂ ਜਦੋਂ ਫਾਂਸੀ ਗਲ ਨੂੰ ਪਾਵੇਗਾ। ਇਹੋ ਜਜ਼ਬਾ ਦੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਮਾਤਾ ਦਾ ਮੈਂ ਪ੍ਰਣਾਮ ਕਰਦਾ ਹਾਂ ਯਾਦਵਿੰਦਰ ਜੀ ਦੀ ਮਾਤਾ ਜੀ ਨੂੰ। ਮੈਂ ਪ੍ਰਣਾਮ ਕਰਦਾ ਹਾਂ ਇਹੋ ਜੀ ਮਾਤਾਵਾਂ ਨੂੰ ਜੋ ਅੱਜ ਵੀ ਕ੍ਰਾਂਤੀਕਾਰੀ ਸੋਚ ਵਾਲੇ ਇਨਸਾਨ ਨੂੰ ਜਨਮ ਦਿੰਦੀ ਹੈ। ਸ਼ਹੀਦ ਆਜ਼ਮ ਭਗਤ ਸਿੰਘ ਹਮੇਸ਼ਾ ਕਹਿਤੇ ਥੇ ਕਿ ਇਤਨੀ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ, ਇਤਨੀ ਵਾਕਿਫ ਹੈ ਮੇਰੀ ਕਲਮ ਮੇਰੇ ਜਜ਼ਬਾਤੋਂ ਸੇ ਕਿ ਮੈਂ ਇਸ਼ਕ ਵੀ ਲਿਖਣਾ ਚਾਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਕਿ ਮੈਂ ਇਸ਼ਕ ਵੀ ਲਿਖਣਾ ਚਾਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਆਪ ਲੋਕਾਂ ਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗਾ, ਭਗਤ ਸਿੰਘ ਫਾਂਸੀ ਤੋਂ ਬਾਅਦ ਵੀ ਜ਼ਿੰਦਾ ਸੀ।